ਸਤਿ ਸ਼੍ਰੀ ਅਕਾਲ ਜੀ, ਸਵੈਗ ਦੇਸੀ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਮਸ਼ਰੂਮ ਮਟਰ ਦੀ ਸਬਜ਼ੀ ਬਣਾਵਾਂਗੇ ਅਤੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਅਤੇ ਨਾਲ ਹੀ ਬੈਲ ਆਈਕਨ ਦਬਾਓ। ਆਓ ਦੇਖੀਏ ਮਟਰ ਮਸ਼ਰੂਮ ਦੀ ਸਬਜ਼ੀ ਲਈ ਆਪਾਂ ਨੂੰ ਕੀ ਕੁਛ ਚਾਹੀਦਾ। ਮਸ਼ਰੂਮ ਮਟਰ ਦੀ ਸਬਜ਼ੀ ਬਣਾਉਣ ਦੇ ਲਈ ਅਸੀਂ ਮਸ਼ਰੂਮ ਜਿਹੜੀ ਹੈ ਚੰਗੀ ਤਰ੍ਹਾਂ ਸਾਫ ਕਰਕੇ ਧੋ ਲਈ ਹੈ। ਇਹ ਗਰਮ ਪਾਣੀ 'ਚ ਧੋਣ ਕਰਕੇ ਇਹਦਾ ਰੰਗ ਜਿਹੜਾ ਹੈ ਉਹ ਲਾਲ ਹੋ ਗਿਆ। ਠੀਕ, ਇਹ ਮਟਰ ਨੇ ਅਤੇ ਇਹਦੇ 'ਚ ਪਾਉਣ ਲਈ ਅਸੀਂ 2 ਪਿਆਜ਼ ਮੀਡੀਅਮ ਸਾਈਜ਼ ਦੇ ਕੱਟ ਲਏ ਨੇ ਬਰੀਕ, ਲਸਣ ਅਦਰਕ ਦੀ ਪੇਸਟ ਬਣਾ ਲਈ ਹੈ ਅਤੇ ਇਹ 2 ਸਾਡੇ ਕੋਲ ਤੇਜ਼ ਪੱਤਾ। ਕਰੀਮ ਲਈ ਹੈ ਜੀ, ਇਹ ਗਰਮ ਮਸਾਲਾ ਹੈ ਅਤੇ 3 ਟਮਾਟਰ ਮੀਡੀਅਮ, ਉਹਨਾਂ ਦੀ ਪੇਸਟ ਵਿੱਚ 3 ਹਰੀਆਂ ਮਿਰਚਾਂ ਅਤੇ ਥੋੜ੍ਹੇ ਜਿਹੇ ਕਾਜੂ 8-10। ਇਹ ਮੇਥੀ ਹੈ ਜੀ, ਆਪਣਾ ਮਿਰਚ, ਹਲਦੀ, ਨਮਕ ਅਤੇ ਜੀਰਾ ਅਤੇ ਇਹ ਆਪਣੇ ਹੈਗੇ ਜੀ ਕੜੀ ਪੱਤਾ। ਅਤੇ ਅਸੀਂ ਜਿਹੜਾ ਹੈ ਜੀ ਆਪਣਾ ਤੇਲ ਜਿਹੜਾ ਹੈ ਉਹ ਕੜਾਹੀ 'ਚ ਧਰਤਾ ਅਤੇ ਇਹਦੇ ਨਾਲ ਹੀ ਅਸੀਂ ਇੱਧਰ ਪਾਣੀ 1.5 ਗਲਾਸ ਪਾ ਕੇ ਗਰਮ ਕਰਨਾ ਧਰਿਆ ਹੈ। ਇਹਦੇ ਵਿੱਚ ਅਸੀਂ ਜਿੰਨੇ ਜੀ ਸਾਡਾ ਤੜਕਾ ਤਿਆਰ ਹੋਏਗਾ ਉਹ ਅਸੀਂ ਇਹਦੇ ਵਿੱਚ ਮਟਰ ਅਤੇ ਮਸ਼ਰੂਮ ਜਿਹੜੀ ਹੈ ਉਹ ਬੋਇਲ ਕਰਨ ਲਈ ਰੱਖ ਦਾਂਗੇ। ਗਰਮ ਤੇਲ ਗਰਮ ਹੋ ਗਿਆ, ਇਹਦੇ ਵਿੱਚ ਜੀਰਾ ਪਾਵਾਂਗੇ। ਨਾਲ ਹੀ ਤੇਜ ਪੱਤੇ ਪਾ ਦਾਂਗੇ ਜੀ। ਕੜੀ ਪੱਤਾ ਪਾਵਾਂਗੇ, ਕੜੀ ਪੱਤਾ ਜ਼ਰੂਰ ਖਾਣਾ ਚਾਹੀਦਾ ਅਤੇ ਘਰ ਵਿੱਚ ਗਮਲੇ 'ਚ ਭਾਵੇਂ ਇਹਦਾ ਜਿਹੜਾ ਬੂਟਾ ਲਗਾ ਕੇ ਰੱਖੋ। ਜੀਰਾ ਲਾਲ ਹੋ ਗਿਆ, ਇਹਦੇ 'ਚ ਅਸੀਂ ਪਿਆਜ਼ ਪਾ ਦਾਂਗੇ। ਜਿਹੜੇ ਮਟਰ ਅਤੇ ਮਸ਼ਰੂਮ ਅਸੀਂ ਬੋਇਲ ਕਰੇ ਰੱਖੇ ਨੇ ਉਹਦੇ ਵਿੱਚ ਨਮਕ ਪਾ ਦਾਂਗੇ ਅਤੇ ਥੋੜ੍ਹੀ ਜਿਹੀ ਹਲਦੀ ਪਾ ਦਾਂਗੇ।
ਸਬਜ਼ੀ ਜਿਹੜੀ ਹੈ ਮਟਰ ਮਸ਼ਰੂਮ ਦੀ ਉਹ ਸਿੰਪਲ ਵੀ ਬਣ ਜਾਂਦੀ ਹੈ, ਪਰ ਇਹ ਹੈ ਵੀ ਕਈ ਵਾਰੀ ਆਪਾਂ ਨੂੰ ਥੋੜ੍ਹਾ ਟੇਸਟ ਚੇਂਜ ਕਰਨ ਦੇ ਲਈ ਉਹਦੇ ਵਿੱਚ ਥੋੜ੍ਹਾ ਸਪੈਸ਼ਲ ਕਰਨਾ ਹੁੰਦਾ ਹੈ, ਉਹਦੇ ਨਾਲ ਹੀ ਆਪਣੀ ਜਿਹੜੀ ਸਬਜ਼ੀ ਹੈ ਸਪੈਸ਼ਲ ਬਣ ਜਾਂਦੀ ਹੈ, ਜਿਹੜੀ ਦੇਖਣ 'ਚ ਵੀ ਅੱਛੀ ਲੱਗਦੀ ਹੈ ਅਤੇ ਖਾਣ ਵਿੱਚ ਅੱਛੀ ਲੱਗੇਗੀ ਲੱਗੇਗੀ। ਇਹਦੇ ਵਿੱਚ ਲਸਣ ਅਦਰਕ ਦਾ ਪੇਸਟ ਪਾ ਦਾਂ, ਮਾਰਚ ਦੇ ਵਿੱਚ ਵੀ ਲਸਣ ਅਦਰਕ ਦਾ ਜਿਹੜਾ ਜੀ ਪੇਸਟ ਮਿਲਦਾ, ਪਰ ਇਸਤੇਮਾਲ ਜਿਹੜਾ ਉਹ ਫਰੈਸ਼ ਹੀ ਕਰਨਾ ਚਾਹੀਦਾ। ਅਸੀਂ ਟਮਾਟਰ ਦਾ ਜਦੋਂ ਪੇਸਟ ਬਣਾਇਆ ਹੈ ਉਹਦੇ ਵਿੱਚ ਮਿਰਚ, ਹਰੀ ਮਿਰਚ ਵੀ ਨਾਲ ਗ੍ਰਾਇੰਡ ਕੀਤੀ ਹੈ, ਇਸ ਲਈ ਅਸੀਂ ਲਾਲ ਮਿਰਚ ਜਿਹੜੀ ਧਿਆਨ ਨਾਲ ਪਾਉਣੀ ਹੈ। ਇਹਦੇ ਵਿੱਚ ਟਮਾਟਰਾਂ ਦੀ ਹਲਦੀ ਪਾਵਾਂਗੇ, ਧਨੀਆ ਪਾਊਡਰ, ਗਰਮ ਮਸਾਲਾ,
ਮਸਾਲਾ ਤਿਆਰ ਹੋ ਗਿਆ। ਇਹਦੇ ਵਿੱਚ ਅਸੀਂ ਨਮਕ ਪਾ ਦਾਂਗੇ। ਨਮਕ ਅਸੀਂ ਸਬਜ਼ੀ ਬੋਇਲ ਕਰਨ ਲੱਗੇ ਵੀ ਪਾਇਆ ਅਤੇ ਨਮਕ ਪਾ ਤਾ। ਵਿੱਚ ਪਾ ਦਾਂਗੇ ਜੀ ਕਸੂਰੀ ਮੇਥੀ, ਇਹ ਚ ਪਾ ਦਾਂਗੇ ਥੋੜ੍ਹਾ ਪਾਣੀ। ਉਧਰ ਸਾਡੀ ਜਿਹੜੀ ਮਸ਼ਰੂਮ ਤੇ ਮੇਥੀ ਨਾ ਮਟਰ ਨੇ ਉਹ ਵੀ ਤਕਰੀਬਨ ਗਲ ਗਏ ਨੇ ਤੇ ਉਹਨਾਂ ਨੂੰ ਇਹਦੇ ਵਿੱਚ ਪਾ ਲਾਂਗੇ। ਇਹਨਾਂ ਨੂੰ ਬੋਇਲ ਇਸੇ ਕਰਕੇ ਕਰ ਰਹੇ ਸੀ ਵੀ ਜਿਹਦੇ ਚਿਰ ਅਸੀਂ ਆਪਣਾ ਗ੍ਰੇਵੀ ਤਿਆਰ ਕਰਾਂਗੇ ਅਤੇ ਸਾਡੇ ਜਿਹੜੇ ਮਟਰ ਨੇ ਉਹ ਕੁਛ ਗਲ ਚੁੱਕੇ ਹੋਣਗੇ, ਸਬਜ਼ੀ ਬਣਾਉਣ 'ਚ ਜਿਹੜਾ ਟਾਈਮ ਹੈ ਉਹ ਘੱਟ ਲੱਗੇਗਾ। ਜਿਹੜੀ ਮਸ਼ਰੂਮ ਹੈ ਉਸਨੂੰ ਜਦੋਂ ਆਪਾਂ ਕੱਟਣਾ ਹੈ ਉਸ ਤੋਂ ਪਹਿਲਾਂ ਜੇ ਉਹਦੇ ਵਿੱਚ ਥੋੜ੍ਹਾ ਜਿਹਾ ਬੇਸਣ ਪਾ ਕੇ ਉਸਨੂੰ ਚੰਗੀ ਤਰ੍ਹਾਂ ਮਲ ਲਓ ਅਤੇ ਫਿਰ ਉਸਨੂੰ ਗਰਮ ਪਾਣੀ ਨਾਲ ਧੋਵੋ ਤਾਂ ਉਹ ਬਿਲਕੁਲ ਸਾਫ਼ ਹੋ ਜਾਂਦੀ ਹੈ। ਉਸਨੂੰ ਚੰਗੀ ਤਰ੍ਹਾਂ ਵਾਸ਼ ਜ਼ਰੂਰ ਕਰ ਲੈਣਾ ਚਾਹੀਦਾ ਗਰਮ ਪਾਣੀ ਦੇ ਨਾਲ। ਉਹਨੇ ਇਸਨੂੰ ਅਸੀਂ ਥੋੜ੍ਹਾ 5-7 ਮਿੰਟ ਲਈ ਢੱਕ ਕੇ ਇਸਨੂੰ ਢੱਕ ਦਾਂਗੇ। ਸਬਜ਼ੀ ਸਾਡੀ ਤਿਆਰ ਹੋ ਗਈ ਹੈ ਅਤੇ ਜੇ ਇਸਦੇ ਵਿੱਚ ਤੁਸੀਂ ਤਰੀ ਜ਼ਿਆਦਾ ਰੱਖਣੀ ਹੈ ਤਾਂ ਪਾਣੀ ਥੋੜ੍ਹਾ ਜਿਹਾ ਹੋਰ ਪਾ ਕੇ ਅਤੇ ਤਰੀ ਜ਼ਿਆਦਾ ਰੱਖ ਸਕਦੇ। ਜਿਸ ਤਰ੍ਹਾਂ ਜੇ ਇਸ ਤੋਂ ਘੱਟ ਰੱਖਣੀ ਹੈ ਤਾਂ ਉਸਨੂੰ ਹੋਰ ਘੱਟ ਪਾ ਲਓ। ਅਤੇ ਹੁਣ ਅਸੀਂ ਇਹਦੇ ਵਿੱਚ ਧਨੀਆ ਪਾ ਦਾਂਗੇ। ਮਟਰ ਮਸ਼ਰੂਮ ਦੀ ਸਬਜ਼ੀ ਬੜੀ ਵਧੀਆ ਜਿਹੜੀ ਦੇਖਣ 'ਚ ਬਹੁਤ ਸੋਹਣੀ ਲੱਗ ਰਹੀ ਹੈ।
ਅਤੇ ਉਨੀ ਟੇਸਟੀ ਹੈ। ਅਤੇ ਤੁਸੀਂ ਜ਼ਰੂਰ ਇਸ ਤਰ੍ਹਾਂ ਬਣਾਓ ਅਤੇ ਆਪਣੇ ਕਮੈਂਟਸ ਜ਼ਰੂਰ ਦਿਓ। ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ। ਜਿਨ੍ਹਾਂ ਨੇ ਸਾਡਾ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਅਗਲੀ ਰੈਸਪੀ ਲੈ ਕੇ ਫਿਰ ਆਵਾਂਗੇ।